अस्सलाम वालेकुम। वालेकुम सलाम जी। हसनैन भाई, तुसी अगर तुहानू असल पंजाबी बोलनी पे रेगुलर अपने चैनल ते, जी जी, ते क्या तुसी पंजाबी बोल सकोगे? कोशिश करके के विच उर्दू इंग्लिश वर्ड्स ना आउन, बोल सकोगे? वेखो असी पंजाब दे आ ते असी पंजाबी पूरी बोल लैने आ। असल गल है वे कि पंजाबी विच कोई को वर्ड साडा जिहड़ा वो आ ही जांदे, तुहानू पता पंजाब दी पंजाबी कोई ऐं दी कठोर पंजाबी नहीं बंदा बोल सकदा। किधर ना किधर कोई लफ्ज़ ऐं दे हुंदे ने जिहड़े बोले जा सकदे ने, सही, जिहड़े साडे टीम च हुंदे ने पंजाब दे विच। हांजी, तुसी कोई पंजाबी दा फिकरा बोलो ना। अच्छा, कोई बोलो फिकरा। मैं कहना जनाब, साडा इक दरवाजा है ते दरवाजे दा खिड़की है ते खिड़की दे बाहर ग्रिल लगी। अच्छा, की लगी है? ग्रिल। ग्रिल लगी है, तो ग्रिल दी पंजाबी की होएगी? दा दच होना तुसी शीशा लगा होंगे, सलाखा लगिया होंगे। ग्रिल जी ग्रिल ही होंगी, लोहे की बनी होंगी, जाली लगी होती ग्रिल कहते हैं। अजक नहीं याद कर सके बंदे। पंजाबी जी भी गल करनी है ना, वो तुसा तीर धुक्का लाना है वे केड़ा दुरुस्त चलता है। अच्छा, जो दुरुस्त मुमकिन होवे वो तुसीं लाना। ਪੰਜਾਬੀ ਦੇ ਲਫ਼ਜ਼ ਗ੍ਰਿਲ ਜਿਹੜੀ ਉਹ ਗ੍ਰਿਲ ਹੀ ਹੈ। ਤੁਸੀਂ ਆਪਣੇ ਚੈਨਲ 'ਤੇ ਕਿੰਨੀਆਂ ਵੀਡੀਓ ਚਾੜੀਆਂ ਨੇ ਜੀ? ਮੇਰੇ ਕੋਲ ਇਸ ਟਾਈਮ ਪੰਜਾਬੀ ਜਨਾਬ ਪੰਜਾਬੀ ਸਟਾਈਲ ਮੇਰਾ ਚੈਨਲ ਹੈ ਯੂਟਿਊਬ ਦਾ, ਪੰਜਾਬੀ ਸਟਾਈਲ 5100। ਸਹੀ, ਅਤੇ ਉਹਦੇ 'ਚ ਤਾਂ ਮੈਂ ਕਾਫੀ ਦੂਜੀਆਂ ਵੀਡੀਓ ਚੜਾਈਆਂ ਨੇ, ਪਾਕਿਸਤਾਨ ਦੇ ਮੁਤਲਕ ਵੀ ਅਤੇ ਮਹਿੰਗਾਈ ਦੇ ਮੁਤਲਕ ਵੀ ਅਤੇ ਹੋਰ ਵੀ ਮਤਲਬ ਕਿ ਇਹ ਮਾਮਲਾ ਜ਼ਿੰਦਗੀ ਤੋਂ ਹੋਏ ਨੇ ਇੰਝ। ਦੇਖੋ, ਲੋਕਾਂ ਨੇ ਲਾਈਕ ਨਹੀਂ ਕੀਤੇ, ਨਾ ਕੁਛ ਸ਼ੇਅਰ ਕੀਤੇ ਨੇ। ਸਾਨੂੰ ਚਾਹੀਦੀ ਹੈ ਗੁਫਤਗੂ ਜਿਹੜੀ ਆਮ ਗੁਫਤਗੂ ਲੋਕ ਜਿਹੜੇ ਨਾਲ ਲੋਕ ਰਿਲੇਟਡ ਹੋਣ, ਜੇ ਸ਼ੌਕ ਹੈ ਜਿਸਾ ਜੀ ਕਹਿੰਦੇ ਨੇ ਮੁਰਗ ਬਾਜ਼ਾ ਸ਼ੌਕ, ਕਬੂਤਰ ਬਾਜ਼ਾ ਸ਼ੌਕ, ਕੁੱਤੇ ਬਾਜ਼ਾ ਸ਼ੌਕ, ਜਾਂ ਜਿਸ ਤਰ੍ਹਾਂ ਬੰਦੇ ਦੇ ਲੱਗਦਾ ਸ਼ੌਕ ਹੁੰਦਾ, ਆਪਣਾ ਆਪਣਾ ਸ਼ੌਕ ਹੁੰਦਾ, ਆਪਣਾ ਆਪਣਾ ਸ਼ੌਕ ਹੁੰਦਾ। ਲੇਕਿਨ ਮੈਂ ਜਨਾਬ ਜੋ ਯੂਟਿਊਬ ਦੇ ਉੱਤੇ ਜੋ ਚਲਾ ਲਗਾ ਵਾਂ ਤਾਂ ਮੈਂ ਆਪਣੇ ਚੈਨਲ ਨੂੰ ਬਣਾਇਆ ਪੰਜਾਬੀ ਸਟਾਈਲ 5100, ਉਹਦੇ ਵਿੱਚ ਹੀ ਰੱਖ ਕੇ ਮੈਂ ਜਨਾਬ ਮੁਰਗ ਬਾਜ਼ ਦੇ ਸ਼ੌਕ ਜਦੋਂ ਲਿਆਂਦਾ, ਅਲਹਮਦੁਲਿਲਾ 15-15 ਕੇ ਜਨਾਬ ਵੀਡੀਓ ਮੇਰੀ ਚੱਲੀਆਂ ਨੇ। ਵਾਹ ਵਾਹ ਵਾਹ। ਹਾਂਜੀ, ਅੱਛਾ, ਤੇ ਇਹ ਜਿਹੜਾ ਪੰਜਾਬੀ ਦੇ ਬਾਰੇ ਨਾਲ ਗੱਲਬਾਤ ਹੋ ਰਹੀ ਹੈ, ਚੜ੍ਹਦਾ ਪੰਜਾਬ ਤੇ ਲਹਿੰਦਾ ਪੰਜਾਬ ਦਾ ਰੌਲਾ ਜੀ, ਇਹ ਕੀ ਹੈ ਤੁਹਾਡੇ ਹਿਸਾਬ ਨਾਲ? ਉੱਧਰ ਦੀ ਪੰਜਾਬੀ ਹੋਰ ਤੇ ਇੱਧਰ ਦੀ ਹੋਰ ਜੀ? ਪੰਜਾਬੀ ਦੀ ਸਾਰੀ ਤਕਰੀਬਨ ਇੱਕ ਹੀ ਹੁੰਦੀ ਹੈ, ਲੇਕਿਨ ਗੱਲ ਹੋਗਾ ਥੋੜ੍ਹਾ ਜ਼ਬਾਨ ਦੀ ਮੁਖਤਲਿਫ ਚੇਂਜਿੰਗ ਹੈ, ਮਤਲਬ ਜਿਸ ਤਰ੍ਹਾਂ ਮੈਂ ਇੰਗਲਿਸ਼ ਲਫ਼ਜ਼ ਬੋਲਿਆ ਚੇਂਜ, ਤਬਦੀਲੀ ਹੈ। ਠੀਕ ਹੈ, ਤਬਦੀਲੀ ਵੀ ਉਰਦੂ ਲਫ਼ਜ਼ ਹੈ, ਬਿਲਕੁਲ ਵੱਖਰੀ ਹੈ, ਵੱਖਰੀ ਅਸਲ ਲਫ਼ਜ਼ ਵੱਖਰੀ, ਅਨੋਖੀ ਵੱਖਰੀ, ਤੇ ਤਲਫ਼ਜ਼ 'ਚ ਫਰਕ ਹੈ ਥੋੜ੍ਹਾ ਜਿਹਾ। ਤੇ ਜਨਾਬ ਹੋਰ ਗੱਲ ਕੋਈ ਨਹੀਂ, ਕੋਸ਼ਿਸ਼ ਕਰੋਗੇ ਨਾ ਕਿ ਅਸੀਂ ਪੰਜਾਬੀ ਜ਼ਿਆਦਾ ਬੋਲਣੀ ਹੈ? ਹਾਂਜੀ, ਤੇ ਤੁਹਾਡੀ ਪੰਜਾਬੀ ਜ਼ਬਾਨ ਬਿਹਤਰ ਹੁੰਦੀ ਜਾਏਗੀ ਦਿਨ ਦਿਨ। ਬੇਸ਼ੱਕ, ਮੈਂ ਕਾਫੀ ਲੋਕਾਂ ਨਾਲ ਗੱਲ ਕੀਤੀ ਤੇ ਲੋਕੀ ਕਹਿੰਦੇ ਨੇ ਭਾਜੀ ਪੰਜਾਬੀ ਜਿਹੜੀ ਹੈ ਨਾ ਤੁਹਾਡੀ, ਤੁਸੀਂ ਜੋ ਇੰਗਲਿਸ਼ ਹੀ ਬੋਲਦੇ ਹੋ, ਤੇ ਤੁਹਾਡੀ ਮਿਹਰਬਾਨੀ ਹੈ ਤੁਹਾਡੀ ਆ ਗੱਲ ਸੁਣ ਕੇ ਨਾ, ਤੇ ਮੈਨੂੰ ਯਾਦ ਆ ਗਿਆ ਕਿ ਕਿਸੇ ਵੇਲੇ ਨਾ ਛੋਟੇ ਹੁੰਦੇ ਸਾਂ ਤੇ ਉਹ ਗੁਲੂਕਾਰ ਮੁਹੰਮਦ ਰਫੀ ਦਾ ਜ਼ਮਾਨਾ ਸੀ। ਅੱਛਾ, ਤੇ ਮੁਹੰਮਦ ਰਫੀ ਨੇ ਨਾ ਇੱਕ ਗਾਣਾ ਗਾਇਆ ਸੀ ਤੇ ਉਹ ਬੜਾ ਯਾਦ ਹੈ ਕਿ ਜਾ ਚ ਮੈਨੂੰ ਆ ਗਈ ਗਮ ਖਾਣ ਦੀ, ਹੈਂਜੀ, ਜਾ ਚ ਮੈਨੂੰ ਆ ਗਈ ਗਮ ਖਾਣ ਦੀ, ਵੇਖ ਆ ਕੇ ਹੀਰ ਆਪਣੀ ਵਾਰਸਾ, ਵਾਰਸ ਸ਼ਾਹ ਨੂੰ ਫਰਮਾਇਆ, ਵੇਖ ਆ ਕੇ ਹੀਰ ਆਪਣੀ ਵਾਰਸਾ, ਇਹ ਸਿੱਖ ਗਈ ਏ ਰੋਜ਼ ਨਵੀਆਂ ਲਾਣ ਦੀ। ਉਹਦਾ ਮਤਲਬ ਅੱਜ ਦਾ ਜਿਹੜਾ ਇਸ਼ਕ ਹੈ, ਅੱਜ ਦੀ ਜਿਹੜੀ ਹੀਰ ਹੈ ਨਾ, ਇਹ ਦੋ ਨੰਬਰੀਆਂ ਕਰਦਾ ਪਈ ਹੈ, ਰੋਜ਼ ਨਵਾਂ ਰਾਂਝਾ ਬਣਾਉਣ ਲੱਗ ਪਈ। ਉਹਦੇ ਵਿੱਚ ਹੀ ਨਾ ਉਸ ਦੌਰ ਦੇ ਵਿੱਚ ਇੱਕ ਗਾਣਾ ਹੁੰਦਾ ਸੀ, ਰਫੀ ਦਾ ਸੀ ਸ਼ਾਇਦ, ਜਾਂ ਦੋਸਤਾਂ ਨੂੰ ਪਤਾ ਹੋਏਗਾ ਕਿ ਉਹ ਕਿਹਦਾ ਸੀ, ਉਹਦਾ ਹੁੰਦਾ ਸੀ ਟੋਟੇ ਹੁੰਦਾ ਨਾ ਪੰਜਾਬ ਰੋਂਦੇ ਰਵੀ ਨਾ ਚਨਾਬ, ਟੋਟੇ ਹੁੰਦਾ ਨਾ ਪੰਜਾਬ ਰੋਂਦੇ ਰਾਵੀ ਨਾ ਚਨਾਬ, ਪੈਂਦੀ ਵਾਗੇ ਵਾਲੀ ਕਾਨੂੰ ਇਹ ਲਕੀਰ ਕੈਸੀ ਜੱਗ ਦੀ ਬਣਾਈ, ਤਸਵੀਰ ਕੈਸੀ ਜੱਗ ਦੀ ਬਣਾਈ ਤਸਵੀਰ। ਜਨਾਬ ਅੱਛੀ ਗੱਲ ਹੈ, ਵੇਖੋ ਵੀਡੀਓ 'ਚ ਬੰਦੇ ਨੂੰ ਆਪਣੇ ਸੋਸ਼ਲ ਮੀਡੀਆ 'ਤੇ ਆਉਣਾ, ਸੋਸ਼ਲ ਮੀਡੀਆ ਗੱਪਸ਼ਪ ਕਰਨੀ, ਲੋਕਾਂ ਨੂੰ ਇੰਜੋਏ ਕਰਾਉਣਾ, ਲੋਕ ਲਾਈਕ ਕਰਨ,
तो जनाब ना शेयर कर बंदे याद कर फिर अच्छा लगता है। मेहरबानी है थोड़ी बहुत बहुत जनाब टाइम कढ़िया। तुम दसो गल दसो कि अजकल हाबी शाबी अभी चल रही है कि अभी पुछ ली है। हाबी अपनी यही है पंजाबी बोलना पंजाबी लिखना। पंजाबी बोलना तो पंजाबी कोशिश करना कि बच्चों जे अंग्रेजी सीखते ने जमदे उन्होंने कोशिश करनी कि तुम पंजाबी में गल करया करो। बंदा कला रह जांदा ए बोधे यार बनावन नाल ओ पहले जे भी गल नहीं रहिंदी बोधी गल वधावन नाल। ठीक है जिंदाबाद जी अल्लाह हाफिज़।